ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਅਲੈਦਾ ਮੀਟਿੰਗਸ ਹੋਈਆਂ ਨੇ, ਇੱਕ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਈ ਹੈ, ਇੱਕ ਜਲੰਧਰ ਦੇ ਵਿੱਚ ਹੋਈ ਹੈ, ਔਰ ਇਹਨਾਂ ਮੀਟਿੰਗਸ ਦੇ ਆਧਾਰ ਦੇ ਉੱਤੇ ਬਹੁਤ ਕੁਝ ਹੁਣ ਕਿਹਾ ਜਾ ਰਿਹਾ, ਸਮਝਿਆ ਜਾ ਰਿਹਾ। ਅਕਾਲੀ ਦਲ ਕਿੱਥੇ ਜਾ ਰਿਹਾ, ਇਸ ਬਾਰੇ ਵਿਚਾਰ ਕੀਤੇ ਜਾ ਰਹੇ ਨੇ। ਅਕਾਲੀ ਦਲ ਕਿੱਥੇ ਪਹੁੰਚ ਚੁੱਕਿਆ, ਇਹ ਇੱਥੋਂ ਹੀ ਪ੍ਰਤੀਤ ਹੁੰਦਾ ਹੈ ਕਿ ਦੂਜੀ ਵਾਰ ਬਗਾਵਤ ਉੱਠੀ ਹੈ, ਔਰ ਇਸ ਬਗਾਵਤ ਤੋਂ ਬਾਅਦ ਹੁਣ ਲੀਡਰ ਦੁਬਾਰਾ ਖੇਰੂ ਖੇਰੂ ਹੁੰਦੇ ਨਜ਼ਰ ਆ ਰਹੇ ਨੇ ਅਕਾਲੀ ਦਲ ਦੇ। ਸਗੋਂ ਬਾਗੀ ਲੀਡਰਾਂ ਦੇ ਵਿੱਚ ਹੋਰ ਵੀ ਨਾਮ ਜੁੜ ਚੁੱਕੇ ਨੇ, ਔਰ ਉਹਨਾਂ ਲੀਡਰਾਂ ਨੇ ਰਲ ਕੇ ਇੱਕ ਮੀਟਿੰਗ ਵੀ ਕੀਤੀ ਜਲੰਧਰ ਦੇ ਵਿੱਚ, ਔਰ ਸਾਫ਼ ਪ੍ਰਤੀਤ ਹੋ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਵੇਂ ਦੋ ਫਾੜ ਹੋਇਆ ਨਜ਼ਰ ਆ ਰਿਹਾ। ਸ਼੍ਰੋਮਣੀ ਅਕਾਲੀ ਦਲ ਦਰਅਸਲ ਲੰਮੇ ਸਮੇਂ ਤੋਂ 2017 ਤੋਂ ਬਾਅਦ ਹੀ ਇਸ ਨਿਘਾਰ ਦੇ ਵੱਲ ਵੱਧਦਾ ਗਿਆ, 2017 ਤੋਂ ਬਾਅਦ ਕਦੀ ਸਿਆਸਤ ਵਿੱਚ ਨਹੀਂ ਆ ਸਕਿਆ। ਜਿਹੜਾ ਸਿਆਸੀ ਐਲਗੋਰਿਦਮ ਸ਼੍ਰੋਮਣੀ ਅਕਾਲੀ ਦਲ ਨੇ ਬਣਾਇਆ ਸੀਗਾ, ਸਿਰਜਿਆ ਸੀ, ਉਹ ਐਲਗੋਰਿਦਮ ਉੱਥੇ ਹੀ ਖਤਮ ਹੋ ਗਿਆ, ਔਰ ਉਸ ਤੋਂ ਬਾਅਦ ਸੁਖਬੀਰ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਸੱਤਾ ਦੇ ਵਿੱਚ ਨਹੀਂ ਆ ਸਕੇ। ਖੈਰ, ਉਸ ਤੋਂ ਬਾਅਦ ਜਿਸ ਹੱਦ ਤੱਕ ਨਿਘਾਰ ਵੱਧ ਗਿਆ, ਉਸ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਕੁਝ ਲੀਡਰਾਂ ਨੇ ਪਾਰਟੀ ਤੋਂ ਅਲੈਦਾ ਹੋਣ ਦਾ ਫੈਸਲਾ ਕੀਤਾ। ਸਿੱਧੇ ਤੌਰ 'ਤੇ ਨਹੀਂ, ਪਰ ਵਿਚਾਰਧਾਰਕ ਤੌਰ ਦੇ ਉੱਤੇ, ਇੱਕ ਵੱਖਰਾ ਇਕੱਠ ਕੀਤਾ, ਇੱਕ ਵੱਖਰੀ ਮੀਟਿੰਗ ਕੀਤੀ, ਔਰ ਉਸ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਜਿਹੜੇ ਨੇ ਉਹ ਲਏ ਗਏ ਨੇ, ਜਿਨ੍ਹਾਂ ਆਧਾਰ ਦੇ ਉੱਤੇ ਸਾਫ਼ ਕਿਹਾ ਗਿਆ ਕਿ 1 ਤਰੀਕ ਤੱਕ ਸੁਖਬੀਰ ਸਿੰਘ ਬਾਦਲ ਅਸਤੀਫਾ ਦੇ ਦੇਣ, ਔਰ ਇੱਥੋਂ ਤੱਕ ਵੀ ਗੱਲ ਕੀਤੀ ਗਈ ਕਿ ਜਦੋਂ ਤੱਕ ਨਹੀਂ ਹੋਇਆ ਤਾਂ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਪੇਸ਼ ਹੋਇਆ ਜਾਵੇਗਾ, ਔਰ ਉੱਥੇ ਜਾ ਕੇ ਅਗਲਾ ਫੈਸਲਾ ਉਲੀਕਿਆ ਜਾਵੇਗਾ। ਫਿਲਹਾਲ ਇਹਨਾਂ ਮਸਲਿਆਂ ਦੇ ਆਧਾਰ ਦੇ ਉੱਤੇ ਸਾਫ਼ ਸਮਝਿਆ ਜਾ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਦਲ ਕਿਸ ਹੱਦ ਤੱਕ ਨਿਗਰ ਚੁੱਕਿਆ, ਕਿਸ ਹੱਦ ਤੱਕ ਨੁਕਸਾਨ ਪਹੁੰਚ ਚੁੱਕਿਆ। ਪਰ ਇਹ ਚੀਜ਼ਾਂ ਸ਼ਾਇਦ ਪ੍ਰਧਾਨ ਸਾਹਿਬ ਨੂੰ ਸਮਝ ਨਹੀਂ ਆ ਰਹੀਆਂ, ਸੁਖਬੀਰ ਸਿੰਘ ਬਾਦਲ ਨੂੰ ਸਮਝ ਨਹੀਂ ਆ ਰਹੀਆਂ, ਜਿਸ ਕਾਰਨ ਵੱਸ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਲੀਹ ਦੇ ਉੱਤੇ ਨਹੀਂ ਲਿਆਇਆ ਜਾ ਸਕ ਰਿਹਾ। ਕਾਫ਼ੀ ਵਾਰ ਜਦੋਂ ਚਰਚਾਵਾਂ ਹੁੰਦੀਆਂ ਨੇ ਤਾਂ ਬੁੱਧੀਜੀਵੀਆਂ ਦਾ ਇਹੀ ਦਾਅਵਾ ਹੁੰਦਾ ਕਿ ਸੁਖਬੀਰ ਸਿੰਘ ਬਾਦਲ ਨੂੰ ਥੋੜ੍ਹੀ ਦੇਰ ਲਈ ਸਹੀ ਭਾਵੇਂ ਪਰ ਹਟ ਜਾਣਾ ਚਾਹੀਦਾ ਹੈ, ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ, ਜਾਂ ਫਿਰ ਥੋੜ੍ਹੀ ਦੇਰ ਲਈ ਲਾਂਭੇ ਹੋ ਜਾਣਾ ਚਾਹੀਦਾ, ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਕਿਸੇ ਹੋਰ ਦੇ ਹੱਥ ਫੜਾ ਦੇਣੀ ਚਾਹੀਦੀ ਹੈ, ਤਾਂ ਕਿ ਪਾਰਟੀ ਜਿਹੜੀ ਆ ਉਹ ਇੱਕ ਲੀਹੀ ਦੇ ਉੱਤੇ ਆ ਜਾਵੇ। ਜ਼ਰੂਰ ਇਹ ਜ਼ਰੂਰੀ ਦੱਸਿਆ ਜਾਂਦਾ ਹੈ, ਝੂੰਦਾ ਕਮੇਟੀ ਦੀ ਰਿਪੋਰਟ ਆਉਂਦੀ ਹੈ, ਉਸ ਕਮੇਟੀ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਮੰਗ ਕੀਤੀ ਜਾਂਦੀ ਹੈ, ਪਰ ਹੁਣ ਹਾਲਾਤ ਇੱਥੇ ਤੱਕ ਇੰਨੇ ਨਾਜ਼ੁਕ ਹੋ ਚੁੱਕੇ ਨੇ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਪਾਰਟੀ ਦੋ ਫਾੜ ਹੁੰਦੀ ਨਜ਼ਰ ਆ ਰਹੀ ਹੈ। ਸਿਆਸਤ ਵਿੱਚ ਜਿਤਨਾ ਦੂਰ ਦੀ ਗੱਲ ਹੈ, ਅੱਜ ਤੱਕ ਤਾਂ ਲੋਕ ਸਭਾ ਇਲੈਕਸ਼ਨ ਦੇ ਨਤੀਜੇ ਆਏ ਨੇ, ਅਤੇ 13 ਦੀਆਂ 13 ਸੀਟਾਂ 'ਚੋਂ ਸਿਰਫ ਇੱਕ ਸੀਟ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਜਿੱਤ ਸਕੇ ਹੈ, ਔਰ ਬਾਕੀ ਸੀਟਾਂ ਦੇ ਉੱਤੇ ਵੱਧ ਕਰਕੇ ਜ਼ਮਾਨਤ ਜ਼ਬਤ ਹੋਈ ਹੈ, ਜਿਸ ਤੋਂ ਸਮਝਿਆ ਜਾ ਸਕਦਾ ਕਿ ਅਕਾਲੀ ਦਲ ਦਾ ਕੀ ਰਸੂਖ ਹੈਗਾ ਆ। ਵਿਧਾਨ ਸਭਾ ਚੋਣਾਂ ਲੰਘੀਆਂ ਸੀਗੀਆਂ, ਪ੍ਰਧਾਨ ਨੂੰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ, ਪ੍ਰਕਾਸ਼ ਸਿੰਘ ਬਾਦਲ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ, ਜਿਸ ਤੋਂ ਇਹ ਸਾਫ਼ ਪ੍ਰਤੀਤ ਹੋ ਗਿਆ ਸੀਗਾ ਕਿ ਲੋਕ ਜਿਹੜੇ ਨੇ, ਪੰਜਾਬ ਦੇ ਲੋਕ ਨੇ, ਉਹ ਬਾਦਲ ਪਰਿਵਾਰ ਨੂੰ ਐਕਸੈਪਟ ਨਹੀਂ ਕਰਦੇ ਪਏ, ਜਿਸ ਵਾਸਤੇ ਇਹ ਵਾਰ ਵਾਰ ਅਪੀਲ ਕੀਤੀ ਜਾਂਦੀ ਰਹੀ ਹੈ ਕਿ ਬਾਦਲ ਸਾਹਿਬ ਨੂੰ, ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਆ। ਪਰ ਉੱਥੇ ਆ ਕੇ ਸੁਖਬੀਰ ਸਿੰਘ ਬਾਦਲ ਖੜ੍ਹ ਨਹੀਂ ਰਹੇ, ਉੱਥੇ ਆ ਕੇ ਬਾਕੀ ਦੇ ਸ਼੍ਰੋਮਣੀ ਅਕਾਲੀ ਦਲ ਲੀਡਰ ਖੜ੍ਹ ਨਹੀਂ ਰਹੇ, ਔਰ ਲਗਾਤਾਰ ਹੁੰਦੀਆਂ ਹਾਰਾਂ ਦੇ ਬਾਵਜੂਦ ਉਹੀ ਇੱਕੋ ਹੀ ਪ੍ਰੋਟੋਕਾਲ ਨਿਭਾਇਆ ਜਾ ਰਿਹਾ, ਉਸੇ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ, ਉਹੀ ਸਭ ਕੁਝ ਕੀਤਾ ਜਾ ਰਿਹਾ। ਇੱਥੇ ਆ ਕੇ ਸਵਾਲ ਖੜ੍ਹਦਾ ਕਿ ਕੀ ਪਲਾਨ ਹੈਗਾ, ਕੀ ਰੋਡ ਮੈਪ ਹੈਗਾ, ਕਿਸ ਰੋਡ ਮੈਪ ਦੇ ਆਧਾਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਦੁਬਾਰਾ ਸੁਰਜੀਤ ਕਰਨਾ ਚਾਹੁੰਦੀ ਹੈ ਜਾਂ ਸੋਚ ਰਹੀ ਹੈ। ਪਰ ਕੀ ਗੱਲ ਇੱਥੇ ਖੜ੍ਹਦੀ ਹੈ ਕਿ ਕੀ ਇਹਨਾਂ ਰੋਡ ਮੈਪਸ ਦੇ ਆਧਾਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਖੜ੍ਹੀ ਹੋ ਸਕਦੀ ਹੈ? ਔਰ ਦੂਜੀ ਗੱਲ, ਜਿਵੇਂ ਹੁਣ ਲੀਡਰਾਂ ਨੇ ਆਪਣਾ ਵਿਰੋਧ ਜਿਤਾਇਆ ਆ, ਉਹ ਲੀਡਰ ਕੀ ਹੁਣ ਪਾਰਟੀ ਦਾ ਹਿੱਸਾ ਰਹਿਣਗੇ ਜਾਂ ਫਿਰ ਉਹ ਕਿਲਹਿਦਾ ਵੱਖਰੀ ਪਾਰਟੀ ਸਿਰਜਣ ਦੀ ਕੋਸ਼ਿਸ਼ ਕਰਨਗੇ? ਇੱਥੇ ਆ ਕੇ ਵੀ ਫਿਲਹਾਲ ਸਵਾਲ ਖੜ੍ਹਦੇ ਨੇ, ਔਰ ਨਾਲ ਦੀ ਨਾਲ ਹੀ ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਦਾ ਭਵਿੱਖ ਕੀ ਹੈ ਉਹ ਵੀ ਜਾਣ ਲੈਣਾ ਬਹੁਤ ਜ਼ਰੂਰੀ ਹੈ। ਜੋ ਵੀ ਹੋਏਗਾ ਦੱਸਦੇ ਰਹਾਂਗੇ, ਬਣੇ ਰਹੋ ਵਨ ਇੰਡੀਆ ਪੰਜਾਬੀ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।